अगे जो रूटा बैठा से लोड देंदा से ट्रैक्टर लोड महसूस करता से कोई ना कोई चीज त्रुट जाती है कद या धुआं मारता है पंप डाउन हो जाता हूं तो पता ही कोई नहीं है तेल का खर्चा भी घट गया है पोडर बन गया वाडे सानू ते बड़ी चस दिती असि इंशाल्लाह जो रूटा है ना सा बड़ा ही पसंद सानू आया इन्दे विच जी उन्हां ने वड्डा गेयर बक्सा कर दिता है पिछे गरारियां पाईआं ने स्पीड भी चेंज हो जाती जिन्नी मर्जी तेज कर लो जिन्नी मर्जी बरीक कर लो ये मैं बिलकुल घट स्पीड स्लो ते चलाया है ट्रैक्टर नूं पता ही नहीं है दिल खुश हो गया इंदी एक सी लाने पे तो सा दिल खुश हो गया नहीं दूसरे रूटर दी असीं दौर लाउंदे आ प्लेट ला लेनी है पिछे इंदे गरारियां है अगर तुसीं इस तों भी ज्यादा बरीक करना पोडर बनाना है गरारी बदल के इधर कर दो गरारी बदल के इधर कर दो छोटे मगर भी चला दो तो कोई टेंशन नहीं हाँ फिर गरारी है चेंज करनी इस साइड कर देनी दूसरी गरारी बदल के इस साइड कर दो किन्ने कटर वाला जी रूटा ये 60 कटर वाला है रूटावेटर जी असि काफी शहर चो अगे भी लैके आंदे रहने बदल दे रहे जिमीदारा करने किराए का भी असि काम करने हां जी असि दूसरिया शहर पिंड भी रूटा मारने किराए का भी काम करने अपना भी जिम्मेदार ट्रैक्टर नु पता ही कोनी है एक तो तेल का खर्चा भी घट गया भी नहीं मार गियर चलाने दूसरे चलाया तीसरे चौथे चलाया चौथे लोड़ लिया ही नहीं सही ते रूटा भी फुट फुट लंघ गया सही ते सुड्डा ते अड्डे सामने आ वेखो पोडर बन गया हां जी ए मुंजी दा वड्डा जी हां जी मुंजी दा वड्डे ते सानू ते ने बड़ी चस दित्ती ते असि इंशाल्लाह जेड़ा रूटा है ना साडा बड़ा ही पसंद सानू आया मैं ते उनां नू ए मशवरा दांगा कि जेड़ा रूटा ए हुण आया है ना नवा मॉडल 2020 ए रूटा जी ध्यान
ਬਿਲਕੁਲ ਘੱਟ ਸਪੀਡ ਤੇ ਸਲੋ ਤੇ ਚਲਾਇਆ ਹੈ ਟਰੈਕਟਰ ਨੂੰ ਪਤਾ ਹੀ ਨਹੀਂ ਹੈ ਉਹ ਵੀ ਨਹੀਂ ਮਾਰਦਾ ਪਿਆ ਤੇ ਟਰੈਕਟਰ ਲੋਡ ਵੀ ਨਹੀਂ ਲੈਂਦਾ ਸਹੀ ਬਹੁਤ ਅੱਛਾ ਜੀ ਰੋਟਾਵੇਟਰ ਬਣਾਇਆ ਜੀ ਸਹੀ ਕਿਹਦੇ ਕੋਲ ਸਾਡਾ ਦਿਲ ਖੁਸ਼ ਹੋ ਗਿਆ ਕਿਹਦੇ ਕੋਲ ਬਣਵਾਇਆ ਤੁਸੀਂ ਇਹ ਜੀ ਮਾਨਾਵਾਲ ਤੋਂ ਐਮ ਅਕਰਮ ਹੈ ਹਾਂਜੀ ਇਹ ਉਹਨਾਂ ਦੇ ਜ਼ਰੀ ਹਾਲਾਤ ਮਾਰ ਰਹੇ ਨੇ ਬਹੁਤ ਅੱਛੇ ਹਜ਼ਾਰ ਬਣਾ ਰਹੇ ਨੇ ਜੀ ਜਿਹੜੀ ਚੀਜ਼ ਵੀ ਬਣਾਉਂਦੇ ਨੇ ਬਹੁਤ ਅੱਛੀ ਬਣਾਉਂਦੇ ਨੇ ਮਿਆਰ ਉਹਨਾਂ ਦਾ ਬਹੁਤ ਅੱਛਾ ਹੈ ਜੀ ਹਰ ਸਾਲ ਬਾਅਦ ਚੇਂਜਿੰਗ ਕਰਦੇ ਨੇ ਨਿਆ ਤੋਂ ਨਿਆ ਮਾਡਲ ਬਣਾ ਰਹੇ ਨੇ ਸਹੀ ਸਾਨੂੰ ਤੇ ਬਹੁਤ ਅੱਛਾ ਲੱਗਾ ਤੇ ਬੜਾ ਹੀ ਪਸੰਦ ਆਇਆ ਸਾਡਾ ਹੁਣ 100 ਕਿੱਲੇ ਰਕਬਾ ਹੈ ਇਹ ਸਾਰਾ ਰੋਟਾਵੇਟਰ ਸਾਨੂੰ ਹੁਣ ਪਤਾ ਨਹੀਂ ਆ ਇਹਦੀ ਟੈਨਸ਼ਨ ਕੋਈ ਟੈਨਸ਼ਨ ਤੁਹਾਡੀ ਮੁੱਕ ਗਈ ਹਾਂ ਸਾਡੀ ਟੈਨਸ਼ਨ ਮੁੱਕ ਗਈ ਅੱਲਾ ਦਾ ਸ਼ੁਕਰ ਹੈ ਜੀ ਅੱਗੇ ਜਿਹੜਾ ਰੋਟਾਵੇਟਰ ਸੀ ਲੋਡ ਲੈਂਦਾ ਸੀ ਟਰੈਕਟਰ ਲੋਡ ਮਹਿਸੂਸ ਕਰਦਾ ਸੀ ਕੋਈ ਨਾ ਕੋਈ ਚੀਜ਼ ਟੁੱਟ ਜਾਂਦੀ ਆਈ ਕਦੀ ਆ ਧੂੰਆਂ ਮਾਰਦਾ ਆਈ ਪੰਪ ਡਾਊਨ ਹੋ ਜਾਂਦਾ ਹੁਣ ਤਾਂ ਪਤਾ ਹੀ ਕੋਈ ਨਹੀਂ ਹੈ ਪਤਾ ਹੀ ਕੋਈ ਨਹੀਂ ਹਾਂਜੀ ਬਹੁਤ ਅੱਛੀ ਚੀਜ਼ ਬਣਾਈ ਹਾਂਜੀ ਇਹ ਟਰੈਕਟਰ ਜਿਹੜਾ ਤੁਸੀਂ 385 ਚਲਾ ਰਹੇ ਹੋ ਹਾਂਜੀ 385 ਜੀ ਅੱਛਾ ਇਹ ਟਰੈਕਟਰ ਕਿਸ ਤਰ੍ਹਾਂ ਜੀ ਟਰੈਕਟਰ ਠੀਕ ਹੈ ਜੀ ਤੇ ਕਿਹੜਾ ਮਾਡਲ ਟਰੈਕਟਰ ਹੈ ਜੀ ਇਹ ਟਰੈਕਟਰ 2020 ਮਾਡਲ ਹੈ 2020 ਮਾਡਲ ਹੈ ਰੋਟਾਵੇਟਰ ਤੁਹਾਡੇ ਸਾਹਮਣੇ ਚਲਾਉਂਦਾ ਪਿਆ ਵਾਂ ਮੁੰਡੀ ਦਾ ਸੁੱਡਾ ਵੇਖੋ ਮਾਡਲ ਬਣਾ ਛੱਡਿਆ ਬਿਲਕੁਲ ਜੀ ਬਹੁਤ ਬੜਾ ਹੀ ਸਾਨੂੰ ਪਸੰਦ ਆਇਆ ਬਹੁਤ ਅੱਛੀ ਚੀਜ਼ ਹੈ ਮੈਂ ਤੇ ਆਪਣੇ ਭਰਾਵਾਂ ਜਿੰਨੇ ਵੀ ਜ਼ਿਮੀਦਾਰ ਹੈ ਨਾ ਸਾਰਿਆਂ ਨੂੰ ਇਹ ਮਸ਼ਵਰਾ ਦਿੱਤਾ ਵੀ ਰੋਟਾ ਅਕਰਮ ਦਾ ਲੈ ਕੇ ਆਓ ਮਾਸ਼ਾਅੱਲਾ ਜੀ ਅੱਛੀ ਚੀਜ਼ ਬਣਾਈ ਹੈ ਹਾਂਜੀ ਬਹੁਤ ਅੱਛੀ ਚੀਜ਼ ਬਣਾਈ ਹੈ ਜੀ ਚੀਜ਼ ਵੇਖੋ ਨਾ ਤੁਹਾਡੇ ਸਾਹਮਣੇ ਇਹਦੇ 'ਚ ਕੋਈ ਫਾਲਟ ਵਗੈਰਾ ਵੀ ਕੋਈ ਨਜ਼ਰ ਆਉਂਦਾ ਕੋਈ ਫਾਲਟ ਨਹੀਂ ਆਇਆ ਟਰੈਕਟਰ ਨੂੰ ਵੀ ਪਤਾ ਕੋਈ ਨਹੀਂ ਰੂਟਾ ਬੇਟਾ ਤੁਹਾਡੇ ਸਾਹਮਣੇ ਚੱਲਣ ਦੇ ਆਵਾਜ਼ ਤੱਕ ਨਹੀਂ ਆ ਰਹੀ ਤੇ ਨਿਬੇੜਾ ਕਿਸ ਤਰ੍ਹਾਂ ਪਹਿਲੀ ਬਹੁਤ ਅੱਛਾ ਰਿਜ਼ਲਟ ਵੀ ਬਹੁਤ ਅੱਛਾ ਹੈ ਨਿਬੇੜਾ ਵੀ ਬਹੁਤ ਕਲੀਅਰ ਕਰ ਤੇ ਕਤਰਾਈ ਕਿਵੇਂ ਕਤਰਾਈ ਬਹੁਤ ਬਰੀਕ ਹੈ ਪਾਊਡਰ ਬਣਾਉਣ ਦਿਆ ਤੁਹਾਡੇ ਸਾਹਮਣੇ ਹਾਂਜੀ ਇਹ ਮੂੰਜੀ ਦਾ ਵਾਰ ਹਾਂ ਮੈਂ ਹੁਣ ਸਵੇਰ ਦਾ ਤੁਹਾਡੇ ਸਾਹਮਣੇ ਭਰਾ ਰਕਬੇ ਨੂੰ ਮਾਰਵਾ ਸਾਰਾ ਵੇਖੋ ਸਾਰਾ ਜੀ ਮੈਂ ਵੇਖੋ ਬਹੁਤ ਨਿਬੇੜਾ ਕਰਦਾ ਜੀ ਇਹਨਾਂ ਨੇ ਦੂਸਰੀਆਂ ਪੈਲੀਆਂ ਤਿਆਰ ਕੀਤੀਆਂ ਨੇ ਦੂਸਰੀਆਂ ਅੱਛਾ ਇਸ ਪੈਲੀ ਨੂੰ ਕਿੰਨੀਆਂ ਸੀਆਂ ਤੁਸੀਂ ਕਹਿੰਦੇ ਹੋ ਲੱਗ ਜਾਣ ਤੇ ਬਣ ਜਾਂਦੀ ਹੈ ਅਸੀਂ ਜੇ ਦਿਆਡਾ ਤੇ ਇਹ ਜਿਹੜਾ ਰੂਟਾ ਆਇਆ ਨਾ ਇਹਦੀ ਇੱਕ ਸੀ ਲਾਉਂਦੇ ਪਏ ਤਾਂ ਸਾਡਾ ਦਿਲ ਖੁਸ਼ ਹੋ ਗਿਆ ਨਹੀਂ ਦੂਸਰੇ ਰੂਟਾ ਦੀ ਅਸੀਂ ਦੌਰ ਲਾਉਂਦੇ ਆ ਦੌਰ ਲਾਉਂਦੇ ਇੱਕ ਸੀ ਨਾ ਇੱਕ ਸੀ ਤੇ ਬਣ ਰਿਹਾ ਜੀ ਪੈਲੀ ਤਿਆਰ ਜੀ ਬਿਲਕੁਲ ਰੂਟਾ ਮਾਰਨੇ ਸੁੱਡਾ ਨਜ਼ਰ ਵੀ ਨਹੀਂ ਆ ਰਿਹਾ ਇਹਦੇ ਚ ਗਰਾਰੀਆਂ ਲਾਈਆਂ ਨੇ ਅਗਰ ਤੁਸੀਂ ਗਰਾਰੀਆਂ ਦੇ ਪਿੱਛੇ ਆ ਚੇਂਜਿੰਗ ਉਹਨਾ ਕੀਤੀ ਹੈ ਇਹ ਜੀ ਤੁਸੀਂ 260 ਮਗਰ ਵੀ ਪਾ ਦੋ ਤੇ ਲੋੜ ਨਹੀਂ ਇਹ ਪਲੇਟ ਲਾ ਲੈਣੀ ਹੈ ਪਿੱਛੇ ਇਹਦੇ ਗਰਾਰੀਆਂ ਹੈ ਅਗਰ ਤੁਸੀਂ ਇਸ ਤੋਂ ਵੀ ਜ਼ਿਆਦਾ ਬਰੀਕ ਕਰਨਾ ਪਾਊਡਰ ਬਣਾਉਣਾ ਹੈ ਇਹ ਗਰਾਰੀ ਬਦਲ ਕੇ ਇੱਧਰ ਕਰ ਦਿਓ ਇਹ ਗਰਾਰੀ ਬਦਲ ਕੇ ਇੱਧਰ ਕਰ ਦਿਓ ਇੱਧਰ ਕਰ ਦਿਓ ਹਾਂਜੀ ਅੱਛਾ ਜੀ ਤੇ ਉਹ ਜਾਨ ਕੇ ਜ਼ਿਆਦਾ ਸਪੀਡ ਨਾਲ ਚੱਲੇ ਬਹੁਤ ਜ਼ਿਆਦਾ ਸਪੀਡ ਨਾਲ ਚੱਲੇਗਾ ਤੇ ਰਿਜ਼ਲਟ ਵੀ ਇਸ ਤੋਂ ਵੀ ਦੁਗਣਾ ਅੱਛਾ ਅਗਰ ਛੋਟੇ ਮਗਰ ਟਰੈਕਟਰ ਮਾਰ ਚਲਾਉਣਾ ਛੋਟੇ ਮਗਰ ਵੀ ਚਲਾ ਦਿਓ ਤੇ ਕੋਈ ਟੈਨਸ਼ਨ ਨਹੀਂ ਗਰਾਰੀ ਇੱਧਰ ਕਰ ਹਾਂ ਫਿਰ ਗਰਾਰੀ ਇਹ ਚੇਂਜ ਕਰਨੀ ਇਸ ਸਾਈਡ ਤੇ ਕਰ ਦੇਣੀ ਦੂਸਰੀ ਗਰਾਰੀ ਬਦਲ ਕੇ ਇਸ ਸਾਈਡ ਤੇ ਕਰ ਤੇ ਕਿੰਨੇ ਕਟਰ ਵਾਲਾ ਜੀ ਰੂਟਾ ਇਹ 60 ਕਟਰ ਵਾਲਾ ਹੈ ਜ਼ਿਮੀਦਾਰਾ ਕਰਨੇ 100-100 ਕਿੱਲਾ ਅਸੀਂ ਗਾਜਰ ਲਗਾਉਂਦੇ 200-200 ਕਿੱਲਾ ਸਾਡੀ ਬਹੁਤ ਲੰਮਾ ਚੌੜਾ ਰਕਬਾ ਹੈ ਇਸ ਲਈ ਤੁਹਾਨੂੰ ਉਹ ਹੁਣੇ ਅਸੀਂ ਚੈੱਕ ਕਰਵਾਉਂਦੇ ਹਾਂ ਨਵਾਂ ਮਾਡਲ ਉਹਨਾਂ ਨੇ ਗਲਾਇਆ ਰੇਜਰ ਆ ਤੁਹਾਡੇ ਸਾਹਮਣੇ ਜਾਂ ਥੋੜੀ ਦੇਰ ਬਾਅਦ ਮੈਂ ਤੁਹਾਨੂੰ ਦੂਜੀ ਗੱਡੀ ਸਾਡੀ ਖਲੋਤੀ ਹੈ ਉਹ ਤੁਹਾਨੂੰ ਮੈਂ ਮਾਰ ਕੇ ਚੈੱਕ ਕਰਾਉਂਦਾ ਅੱਛਾ ਉਹ ਵੀ ਚੈੱਕ ਕਰਾਓ ਤੇ ਟਰੈਕਟਰ ਤੁਸੀਂ ਕਿਹੜਾ ਰੱਖਦੇ ਹੋ ਸਾਰੇ ਅਸੀਂ ਮੈਸੀ ਰੱਖਦੇ ਹਾਂ ਸਹੀ ਹਾਂਜੀ ਸ਼ੁਰੂ ਤੋਂ ਹੀ ਅਸੀਂ ਮੈਸੀ ਰੱਖਦੇ ਤੇ ਉਹ ਸਾਨੂੰ ਉਹ ਵੀ ਚੈੱਕ ਕਰਾ ਦਿਓ ਹਾਂਜੀ ਉਹ ਤੁਹਾਨੂੰ ਜੇ ਟਰੈਕਟਰ ਹੁਣੇ ਰੇਜਰ ਚੈੱਕ ਕਰਾਉਂਦੇ ਤੁਹਾਡਾ ਦਿਲ ਖੁਸ਼ ਹੋ ਜਾਂਦਾ ਇਹ ਕੰਮ ਠੀਕ ਚੱਲ ਰਿਹਾ ਮਾਸ਼ਾਅੱਲਾ ਬਹੁਤ ਅੱਛਾ ਜਿਹਨਾਂ ਚੈੱਕ ਕਰ ਸਕਦੇ ਹੋ ਇਹ ਵੇਖੋ ਕਿੰਨਾ ਕਿੰਨਾ ਥੱਲੇ ਲੱਗ ਗਿਆ ਇਹ ਵੇਖੋ ਇਹ ਵੇਖੋ ਕਿੰਨਾ ਕਿੰਨਾ ਥੱਲੇ ਲੰਘ ਗਿਆ ਤਕਰੀਬਨ 4-5-6 ਇੰਚ ਹੋਏਗਾ ਹਾਂਜੀ ਹਾਂਜੀ ਸੁੱਡੇ ਨੂੰ ਮਾਰਨ ਦਿਆ ਜੀ ਸੁੱਡੇ ਨੂੰ ਵੇਖੋ ਸੁੱਡਾ ਅੱਪੜ ਹਾਂਜੀ ਇਹ ਕਿਹੜਾ ਕੋਈ ਡਿਸਕਾਂ ਵਜੀਆਂ ਅੱਪੜ ਨੂੰ ਮਾਰਨ ਦਿਆ ਚਲੋ ਜੀ ਚਲਾਓ ਤੁਸੀਂ ਟਰੈਕਟਰ ਆਪਣਾ ਕੰਮ ਕਰੋ ਠੀਕ ਹੈ ਭਾਈ ਆ ਬੜੀ ਮਿਹਰਬਾਨੀ ਭਾਈ ਜਾਨ ਇਹ ਔੜਾ ਤੁਹਾਨੂੰ ਮੈਂ ਮਾਰ ਕੇ ਚੈੱਕ ਕਰਾਉਣਾ ਵਾ ਹਾਂਜੀ ਠੀਕ ਹੈ ਤੁਸੀਂ ਵੇਖ ਕੇ ਫਿਰ ਬਾਅਦ ਚ ਮੈਨੂੰ ਦੱਸਣਾ ਅੱਗੇ ਅਸੀਂ 10 ਕਿਲੋ ਬੀ ਪਾਉਂਦੇ ਸੀ ਹਾਂਜੀ ਗਾਜਰਾਂ ਦਾ ਹਾਂਜੀ ਗਾਜਰ ਦਾ ਹੁਣ ਅਸੀਂ 6 ਕਿਲੋ ਬੀ ਪਾ ਰਹੇ ਹਾਂ ਸਾਨੂੰ ਇਹਦਾ ਬਹੁਤ ਫਾਇਦਾ ਹੋਇਆ ਕਿਉਂਕਿ ਦੂਸਰੇ ਔੜੇ ਜਿਹੜੇ ਸੀ ਨਾ ਉਹ ਬੀ ਦਬਾ ਦਿੰਦੇ ਸੀ ਸਹੀ ਮਿੱਟੀ ਜ਼ਿਆਦਾ ਨਾ ਹਾਂਜੀ ਮਿੱਟੀ ਜ਼ਿਆਦਾ ਉੱਤੇ ਆ ਜਾਂਦੀ ਸੀ ਜਿੰਦੀ ਵਜ੍ਹਾ ਤੋਂ ਬੀ ਬਹੁਤ ਘੱਟ ਜੰਮਦਾ ਸੀ ਇਸ ਵਜ੍ਹਾ ਤੋਂ ਇਹਦੇ ਨਾਲ ਮਿੱਟੀ ਉੱਤੇ ਨਹੀਂ ਆਉਂਦੀ ਮਿੱਟੀ ਇਸ ਤਰ੍ਹਾਂ ਬਿਲਕੁਲ ਪੋਲੀ ਰਹਿ ਜਾਂਦੀ ਸਿੱਧੀ ਤੇ ਬੀ ਜ਼ਿਆਦਾ ਜੰਮਦਾ ਹੈ ਸਾਡਾ ਖਰਚਾ ਵੀ ਘਟ ਗਿਆ ਬਹੁਤ ਫਾਇਦਾ ਆ ਸਾਨੂੰ ਇਹ ਰੇਜਰ ਦਾ ਚਲੋ ਮਾਰ ਕੇ ਦਿਖਾਓ ਫਿਰ ਦੇਖਦੇ ਹਾਂ ਚੈੱਕ ਕਰਾਣਾ ਭਾਈ ਜਾਨ ਦੇ ਨਾਲ ਚਲਾਓ ਇਹਨੂੰ